ਕੰਮ ਨੀ ਹੋ ਰਿਹਾ ਤੂੰ ਬੰਦ ਕਰਨ ਵਾਲਾ ਕੌਣ ਹੈ? ਇੱਥੇ ਬਿਲਕੁਲ ਬੰਦ ਕਰਿਆ, ਪਰਚਾ ਦਊਂਗਾ, ਸੁਣੀ ਗੱਲ। ਫਾਜ਼ਿਲਕਾ ਦੇ SHO ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ SHO ਨਵਦੀਪ ਕੁਮਾਰ ਇੱਕ ਵਿਅਕਤੀ ਨੂੰ ਥਾਣੇ ਲੈ ਜਾਣ ਦੀਆਂ ਧਮਕੀਆਂ ਦੇ ਰਹੇ ਨੇ। ਦਰਅਸਲ ਸਰਕਾਰੀ ਹਸਪਤਾਲ ਵਿੱਚ ਅਪਾਹਜ ਵਿਅਕਤੀ ਦਾ ਪ੍ਰਮਾਣ ਪੱਤਰ ਨਾ ਬਣਾਏ ਜਾਣ ਨੂੰ ਲੈ ਕੇ ਉਹਨਾਂ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ। ਮੇਰੇ ਕੋਲ ਆਇਆ, ਕੋਈ ਦੁੱਖ ਤਕਲੀਫ ਦੱਸੀ ਆ? ਗੇਟ ਬੰਦ ਕਰਨ ਦਾ ਕੀ ਮਤਲਬ ਹੈ? ਇਹਨਾਂ ਨੂੰ ਥਾਣੇ ਲੈ ਕੇ ਆਓ ਤੇ ਮੇਰੇ ਨਾਲ ਆ ਕੇ ਗੱਲ ਕਰੋ। ਬਿਲਕੁਲ, ਜਿਹੜੇ ਆ ਇੱਥੇ ਜਿਹੜੇ ਆਪਦਾ ਇਲਾਜ ਕਰਾਉਣ ਆਏ ਆ, ਤੂੰ ਧੱਕਾ ਕਰਦਾ ਉਹਨਾਂ ਨਾਲ? ਮੇਰੇ ਕੋਲ ਆਇਆ, ਮਿਲ ਲਿਆ ਹੁਣ ਤੇਰੇ ਕੋਲ, ਤੂੰ ਦੁੱਖ ਤਕਲੀਫ ਆ ਮੇਰੇ ਕੋਲ? ਇੱਥੇ ਬਿਲਕੁਲ ਬੰਦ ਕਰਿਆ, ਪਰਚਾ ਦਊਂਗਾ, ਸੁਣ ਲਈ ਗੱਲ। ਪਰਚਾ ਤੂੰ ਨੀ ਡਰਦਾ? ਫਿਰ ਐਂ ਕਰ, ਫਿਰ ਇਸ ਵਿਚਾਲੇ ਫਿਰ ਤੇਰੇ ਮੈਂ ਪਰਚਾ ਦੇ ਕੇ ਦਿਖਾਉਣਾ। ਮੁੰਡੇ ਗੇਟ ਬਿਲਕੁਲ ਬੰਦ ਨੀ ਹੋਣਾ ਚਾਹੀਦਾ, ਜੇ ਕੋਈ ਐਸੀ ਬਦਮਾਸ਼ੀ ਕਰਦਾ ਮੇਰੇ ਕੋਲ ਆ ਜੀ, ਮੈਂ ਬਲਾ ਡਿਊਟੀ ਅਫਸਰ ਨੂੰ ਬੋਲੋ। ਗੇਟ ਚਲੋ ਬੇਟਾ, ਐਡ ਦੋ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।